ਬਿਨਾਂ ਵੀ ਰਹੀ ਹੈ। ਕਿਸੇ ਨੇ ਚੂੰ ਤੱਕ ਨਹੀਂ ਕੀਤੀ ਤੇ ਉਹ ਜੱਗਾ ਕੱਲ ਦਾ ਉੱਠਿਆ ਮੋਦਵਾਰੀ ਹੱਟਣ ਨੂੰ ਫਿਰਦਾ। ਹੋਰ ਕੀ ਬਾਈ ਜੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਲੇ ਦੀ ਜੁਰਤ ਕਰਦਾ ਹੋਈ ਵੋਟਾਂ ਚ ਖੜੇ ਹੋਣ ਦੀ। ਜੁਰਤ ਤਾਂ ਹੁਣ ਦਿਖਾਉਣੀ ਪੈਣੀ ਆ ਬਾਈ ਜੀ। ਮੈਂ ਤਾਂ ਕਹਿਣਾ ਸਾਲੇ ਨੂੰ ਪੁੱਠੇ ਡੰਗ ਦੀਏ ਤਾਂ ਕਿ ਸਰਪੰਚ ਜੀ ਆਪਣੇ ਹੱਥ ਚ ਹੀ ਰਹੇ। ਤੇ ਬਾਈ ਜੀ, ਸ਼ੁਭ ਕੰਮ ਚ ਦੇਰੀ ਕਾਹਦੀ। ਮਾ
ਨਾ ਇਧਰ ਦੇ ਨਾ।